ਕੋਟਕਪੁਰ ਤੋਂ ਮਾਮਲਾ ਆਇਆ ਸਾਹਮਣੇ। ਕੋਟਕਪੁਰਾ ਪੁਲਿਸ ਨੇ 3 ਮੁਜਰਮਾਂ ਸਮੇਤ 1 ਵਰਨਾ ਗੱਡੀ ਤੇ ਭਾਰੀ ਮਾਤਰਾ ਵਿਚ ਹਿਰਨ ਬਰਾਮਦ ਕੀਤੀ। ਸਿਟੀ ਕੋਟਕਪੁਰ ਦੀ ਪੁਲਿਸ ਨੇ 1 ਵਿਅਕਤੀ ਰਸਾਲ ਸਿੰਘ ਜ਼ਿਲ੍ਹਾ ਤਰਨ ਤਾਰਨ ਜਿਸ ਕੋਲੋਂ 20 ਗ੍ਰਾਮ ਹਿਰਨ ਬਰਾਮਦ ਕੀਤੀ ਤੇ ਉਸ ਦੇ ਨਾਲ 2 ਹੋਰ ਮੁਜਰਮ ਕਾਬੂ ਕੀਤੇ ਜਿਨ੍ਹਾਂ ਦਾ ਨਾਮ ਅਲਫਾਜ਼ ਤੇ ਅਵੀ ਕੁਮਾਰ ਦੱਸਿਆ ਜਾ ਰਿਹਾ ਹੈ। ਦੋਨਾਂ ਕੋਲੋਂ 1 ਕਾਰ ਸਮੇਤ 160 ਗ੍ਰਾਮ ਹਿਰਨ ਬਰਾਮਦ ਕੀਤੀ ਗਈ। ਕਾਰਵਾਈ ਅਨੁਸਾਰ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਇਸ ਸਬੰਧੀ ਥਾਣਾ ਸਿਟੀ ਕੋਟਕਪੁਰਾ ਦੀ ਪੁਲਿਸ ਵੱਲੋਂ 2 ਮੁਕੱਦਮੇ ਦਰਜ ਕੀਤੇ ਗਏ ਆ, ਜੋ 1 ਵਿਅਕਤੀ ਰਸਾਲ ਸਿੰਘ ਵਾਸੀ ਪਿੰਡ ਕਲਸ ਥਾਣਾ ਖੇਮਗੜ੍ਹ ਜ਼ਿਲ੍ਹਾ ਤਰਨ ਤਾਰਨ ਦਾ ਫੜਿਆ ਗਿਆ, ਜਿਸ ਪਾਸੋਂ ਥਾਣਾ ਸਿਟੀ ਕੋਟਕਪੁਰਾ ਦੀ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ 2 ਵਿਅਕਤੀ ਅਲਫਾਜ਼ ਪੁੱਤਰ ਮੁਹੰਮਦ ਹਫੀਜ਼ ਵਾਸੀ ਸ਼੍ਰੀ ਮੁਕਤਸਰ ਸਾਹਿਬ ਅਤੇ ਅਵੀ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਪਿੰਡ ਬੱਲੂਆਣਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋਨਾਂ ਪਾਸੋਂ ਇਹਨਾਂ ਦੀ ਕਾਰ ਸਮੇਤ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹਨਾਂ ਨੂੰ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜੋ ਇਹਨਾਂ ਦੇ ਖਿਲਾਫ਼ ਜਿਹੜਾ ਅਲਫਾਜ਼ ਹੈ, ਇਹਦੇ ਖਿਲਾਫ਼ ਪਹਿਲਾਂ ਵੀ 1 ਮੁਕੱਦਮਾ NDPS ਦਾ ਦਰਜ ਹੈ, ਜਦਕਿ ਅਵੀ ਕੁਮਾਰ ਦਾ ਜੇ ਰਿਕਾਰਡ ਅਸੀਂ ਖੰਗਾਲ ਰਹੇ ਹਾਂ। ਹਜੇ ਤੱਕ ਇਹਦੇ ਖਿਲਾਫ਼ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ, ਬਟ ਇਹਦੀ ਅਜੇ ਵੀ ਪੜਤਾਲ ਕਰ ਰਹੇ ਹਾਂ ਅਸੀਂ। ਅਤੇ ਇਹਦੀ 1 ਕਾਰ ਵਰਨਾ ਜਿਹੜੀ ਹੈ ਜਿਹਦੇ ਵਿੱਚ ਸਵਾਰ ਸੀਗੇ, ਉਹ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਥਾਣਾ ਸਦਰ ਦੀ ਪੁਲਿਸ ਵੱਲੋਂ, ਸਦਰ ਕੋਟਕਪੁਰਾ ਦੀ ਪੁਲਿਸ ਵੱਲੋਂ 1 ਵਿਅਕਤੀ ਬੋਹੜ ਸਿੰਘ ਉਰਫ ਸੋਨੀ ਵਾਸੀ 5 ਗ੍ਰਾਈ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਸ ਦੇ ਖਿਲਾਫ਼ ਵੀ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਦੇ ਖਿਲਾਫ਼ ਪਹਿਲਾਂ 4 ਪਰਚੇ ਦਰਜ ਹੈ, 1 ਜੂਏ ਦਾ ਵੀ ਹੈ, NDPS ਦਾ ਮੁਕੱਦਮਾ ਦਰਜ ਹੈ, 307 ਦਾ ਹੈ, 452 ਦਾ ਦਰਜ ਹੈ। ਇਸ ਦੇ ਖਿਲਾਫ਼ 4 ਆਲਰੇਡੀ ਪਰਚੇ ਦਰਜ ਨੇ ਅਤੇ ਹੁਣ ਹੀ ਜੇਲ੍ਹ 'ਚੋਂ ਬਾਹਰ ਆਇਆ ਸੀਗਾ। ਹੁਣ ਇਹਦੇ ਤੋਂ 50 ਗ੍ਰਾਮ ਦੀ ਹੈਰੋਇਨ ਦੀ ਬਰਾਮਦ ਕੀਤੀ ਹੈ, ਜੋ ਦੁਬਾਰਾ ਮੁਕੱਦਮਾ ਦਰਜ ਕਰਕੇ